ਜਗਾਰੇ ਜਿਤ ਮੈਲ ਨ ਲਾਗੇ ਸੋ ਕਿਛ ਪੰਜਵੇਂ ਗੁਰੂ ਨਾਨਕ ਬਖਸ਼ਿਸ਼ ਕਰ ਰਹੇ ਨੇ ਸੜਕ ਦੇ ਰਹੇ ਨੇ ਸੜਕ ਸੜਕ ਕਹਿੰਦੇ ਸੋ ਕਿਛ ਕਰ ਜਿਤ ਮੈਲ ਨਾ ਲਾਗੇ ਅੱਜ ਬੰਦੇ ਨੂੰ ਦੁੱਖ ਨੇ ਅੱਜ ਬੰਦੇ ਨੂੰ ਅਗਰ ਕੋਈ ਤਕਲੀਫ ਹੈ ਨਾ ਭਾਵੇਂ ਉਹ ਸੰਸਾਰਕ ਭਾਵੇਂ ਪਰਮਾਰਥ ਧਿਆਨ ਦੇਣਾ ਭਾਵੇਂ ਸੰਸਾਰਕ ਭਾਵੇਂ ਪਰਮਾਰਥ ਆ ਇਸ ਮੈਲ ਕਰਕੇ ਹੈ ਵੱਡਾ ਦੁੱਖ ਹੈ ਵੱਡਾ ਦੁੱਖ ਮੈਲੀ ਚੀਜ਼ ਕਿਤੇ ਪ੍ਰਵਾਨ ਨਹੀਂ ਹੁੰਦੀ ਇਹ ਗੱਲ ਸੱਚੀ ਹੈ ਮੈਲਾ ਅੱਤ ਦਾ ਮੈਲਾ ਬਸਤਰ ਹੋਵੇ ਪ੍ਰਵਾਨ ਕਰੋਗੇ ਤੁਸੀਂ ਨਹੀਂ ਪਾਓਗੇ ਜਿਸ ਥਾਲ ਦੇ ਵਿੱਚ ਗੰਧ ਲੱਗਾ ਉਸ ਥਾਲ ਦੇ ਵਿੱਚ ਭੋਜਨ ਛਕੋ ਨਹੀਂ ਛਕੋਗੇ ਜੇ ਮੈਲੀ ਚੀਜ਼ ਸਾਨੂੰ ਪ੍ਰਵਾਨ ਨਹੀਂ ਉਹ ਦੁਖਦਾਈ ਹੈ ਸਾਡੇ ਵਾਸਤੇ ਆਹ ਜਿਹੜੀ ਤੇਰੀ ਮਨ ਨੂੰ ਮੈਲ ਲੱਗੀ ਉਹ ਰੱਬ ਨੂੰ ਕਿਵੇਂ ਪ੍ਰਵਾਨ ਹੋ ਜਾਏਗੀ ਰੱਬ ਨੂੰ ਕਿਵੇਂ ਪ੍ਰਵਾਨ ਹੋਏਗੀ ਅੱਜ ਗੁਰੂ ਨਾਨਕ ਸਾਹਿਬ ਮਿਹਰ ਕਰਨ ਮੇਰੇ ਪੰਜਵੇਂ ਗੁਰੂ ਨਾਨਕ ਅੱਜ ਬਖਸ਼ਿਸ਼ ਕਰ ਰਹੇ ਆ ਬੜਾ ਪਿਆਰਾ ਇੱਕ ਵਿਸ਼ਾ ਸਾਹਮਣੇ ਆਇਆ ਇਹ ਬੜਾ ਪਿਆਰਾ ਇੱਕ ਵਿਸ਼ਾ ਇੱਕ ਤਨ ਦੀ ਮੈਲ ਇੱਕ ਮਨ ਦੀ ਮੈਲ ਹੈ ਤਨ ਦੀ ਮੈਲ ਤਾਂ ਪਾਣੀ ਦੇ ਨਾਲ ਧੋਤਿਆਂ ਦੂਰ ਹੋ ਸਕਦੀ ਬੜੇ ਬੜੇ ਸਾਧਨ ਨੇ ਤਨ ਦੀ ਮੈਲ ਨੂੰ ਦੂਰ ਕਰਨ ਦੇ ਔਰ ਅਸੀਂ ਜ਼ੋਰ ਵੀ ਜ਼ਿਆਦਾ ਤਨ ਨੂੰ ਸਾਫ਼ ਕਰਨ 'ਤੇ ਲੱਗੇ ਹੋਏ ਹਾਂ ਆਖੋ ਸਤਿਨਾਮ ਤਨ ਨੂੰ ਸਾਫ਼ ਕਰਨ ਲੱਗੇ ਹੋਏ ਕਦੇ ਧਿਆਨ ਮਨ ਵੱਲ ਗਿਆ ਕਦੇ ਗਿਆ ਮਨ ਤਨ ਮੈਲਾ ਹੋਵੇ ਹੁਣ ਆ ਚਿਹਰੇ 'ਤੇ ਕੋਈ ਕਾਲਕ ਲੱਗੀ ਹੈ ਹੈਂਜੀ ਇੱਥੇ ਇੱਕ ਕਾਲਕ ਲੱਗੀ ਬੰਦਾ ਬਾਹਰ ਜਾਂਦਾ ਹੈਂਜੀ ਇੱਥੇ ਮੱਥੇ 'ਤੇ ਨੱਕ 'ਤੇ ਕਿਤੇ ਕਾਲਕ ਲੱਗੀ ਹੋਵੇ ਚਿਹਰਾ ਮੈਲਾ ਹੋਵੇ ਬੰਦਾ ਬਾਹਰ ਜਾਂਦਾ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਦਾ ਹੈ ਚੰਗੀ ਤਰ੍ਹਾਂ ਸਾਫ਼ ਕਰਦਾ ਕਿ ਮੈਂ ਸੋਹਣਾ ਬਣ ਜਾਵਾਂ ਬਾਹਰ ਜਾਵਾਂ ਇਹ ਸਰੀਰ ਨੂੰ ਸਾਫ਼ ਕਰਨ ਅਤੇ ਸਰੀਰ ਦੀ ਮੈਲ ਉਤਾਰਨ 'ਤੇ ਤਾਂ ਜ਼ੋਰ ਦਿੰਦਾ ਕਿ ਭੋਲੇ ਨੇ ਮਨ ਦੀ ਮੈਲ ਵੱਲ ਕਦੇ ਧਿਆਨ ਹੀ ਨਹੀਂ ਕੀਤਾ ਸਤਨਾਮ ਸਾਡੇ ਰੋਣ ਦਾ ਕਾਰਨ ਸਾਡੇ ਦੁਖੀ ਹੋਣ ਦਾ ਕਾਰਨ ਆ ਤਨ ਦੀ ਮੈਲ ਨਹੀਂ ਆ ਮਨ ਦੀ ਮੈਲ ਹੈ ਮਨ ਔਰ ਇਹ ਮਨ ਦੀ ਮੈਲ ਪਾਣੀ ਦੇ ਨਾਲ ਨਹੀਂ ਧੋਤੀ ਜਾਣੀ ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤੈ ਜਿਹੜੀ ਖੇਹ ਲੱਗੀ ਹੈ ਉਹ ਪਾਣੀ ਦੇ ਨਾਲ ਤਾਂ ਧੋਤੀ ਗਈ ਜਿਹੜੀ ਤਨ ਨੂੰ ਲੱਗੀ ਕਹਿੰਦੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ ਬਾਹਰਲੀ ਮੈਲ ਤਾਂ ਉਤਾਰ ਲਏਗਾ ਪਰ ਹੁਣ ਅੰਦਰਲੀ ਮੈਲ ਦਾ ਸਾਧਨ ਕੀ ਹੈ ਕਹਿੰਦੇ ਭਰੀਐ ਮਤ ਪਾਪਾਂ ਕੈ ਸੰਗ ਉਹ ਤੋਂ ਪੈ ਨਾਵੇਂ ਨਾਵੇਂ ਕੋਈ ਤੀਰਥ ਨਹੀਂ ਹੈ ਕੋਈ ਤੀਰਥ ਨਹੀਂ ਜਿਹੜਾ ਤੇਰੀ ਮਨ ਦੀ ਮੈਲ ਉਤਾਰ ਦੇਵੇ ਧਿਆਨ ਦੇਣਾ ਆਪਾਂ ਕਹਿੰਦੇ ਤੀਰਥਾਂ 'ਚ ਇਸ਼ਨਾਨ ਕਰਕੇ ਮੈਲ ਉਤਰ ਚੁੱਕਾ
ਉੱਥੇ ਜਾ ਕੇ ਵੀ ਬੰਦਾ ਮਲੀਨ ਹਰਕਤਾਂ ਕਰਦਾ, ਮਲੀਨ ਹਰਕਤਾਂ ਕਰਦਾ, ਸਗੋਂ ਮੈਲ ਚੜਾ ਕੇ ਆ ਜਾਂਦਾ। ਸਗੋਂ ਆਪਾਂ ਕਹਿੰਦੇ ਹਾਂ ਕਰਮ ਧਰਮ ਕਰਕੇ, ਹੈਂਜੀ ਕਰਮ ਕਾਂਡ ਕਰਕੇ, ਹੋਰ ਵਰਤ ਨੇਮ ਪੂਜਾ ਕਰਕੇ ਆਪਾਂ ਇਹ ਮੈਲ ਉਤਾਰ ਲਾਂ? ਨਹੀਂ, ਨਹੀਂ ਉਤਾਰ ਸਕਦੇ। ਇੱਕੋ ਇੱਕ ਸਾਧ ਸੰਗਤ, ਇੱਕੋ ਇੱਕ ਸਾਧਨ ਜੇ ਅੱਗੋਂ ਸਾਰੇ ਪ੍ਰਮਾਣ ਇਸੇ 'ਤੇ ਤੁਰਨੇ ਨੇ, ਇੱਕੋ ਇੱਕ ਸਾਧਨ ਹੈ ਬਸ। ਮਨ ਦੀ ਮੈਲ ਅਗਰ ਕੱਟਣਾ ਚਾਹੁੰਦੇ ਹੋ, ਅਗਰ ਚਾਹੁੰਦੇ ਹੋ ਕਿ ਮੇਰੇ ਮਨ ਦੀ ਮੈਲ ਕੱਟੀ ਜਾਵੇ, ਇੱਕੋ ਇੱਕ ਸਾਧਨ ਹੈ ਗੁਰ ਸ਼ਬਦ ਨੂੰ ਕਮਾਲ ਹੈ। ਆਖੋ ਸਤਨਾਮ। ਆਪਣੇ ਗੁਰੂ ਦੇ ਬੋਲਾਂ ਨੂੰ ਕਮਾਲ ਹੈ, ਆਪਣੇ ਗੁਰੂ ਦੇ ਬੋਲਾਂ ਤੇ ਜੀਵਨ ਢਾਲ ਲੈ। ਜੋ ਗੁਰ ਕਹੈ ਸੋਈ ਪਲ ਮਾਨੋ, ਉਸੀ ਵੇਲੇ ਮੰਨ ਲੈ। ਉਹ ਵੇਖੀ ਪੜਾ ਤੇ ਪੜਾ, ਪੜਾ ਤੇ ਪੜਾ ਤੂੰ ਪੈਰ ਰੱਖਦਾ ਜਾਏਗਾ, ਇੱਕ ਪੜਾ ਕੰਪਲੀਟ ਕਰੇਗਾ, ਗੁਰੂ ਦਾ ਬਚਨ ਮੰਨ ਕੇ ਦੂਸਰੇ ਪੜਾ ਤੇ ਪਹੁੰਚ ਜਾਏਗਾ, ਦੂਸਰਾ ਪੜਾ ਕੰਪਲੀਟ ਕਰੇਗਾ, ਤੀਸਰੇ ਪੜਾ ਤੇ ਪਹੁੰਚ ਜਾਏਗਾ, ਤੀਸਰਾ ਕੰਪਲੀਟ, ਚੌਥੇ ਇੱਕ ਦਿਨ ਆਏਗੀ ਗੁਰੂ ਦਾ ਬਚਨ ਮੰਨਦਿਆਂ ਮੰਨਦਿਆਂ ਮੰਜ਼ਿਲ ਤੇ ਪਹੁੰਚ ਜਾਓਗੇ। ਆਖੋ ਸਤਨਾਮ। ਮੰਜ਼ਿਲ ਤੇ ਪਹੁੰਚ ਜਾਓ ਸੰਗਤ ਜੀ। ਅੱਜ ਗੁਰੂ ਦੀ ਬਖਸ਼ਿਸ਼, ਸਤਿਗੁਰ ਨੇ ਸਿਰ ਤੇ ਹੱਥ ਰੱਖਿਆ, ਆ ਸੇਵਾ ਲੈ ਰਹੇ। ਸੋ ਕਿਛ ਕਰ ਜਿੱਤ, ਅੱਜ ਜਿਤਨੇ ਕਰਮ ਸਾਡੇ, ਜਿਤਨੇ ਕਰਮ ਹੋ ਰਹੇ ਨੇ ਇਹ ਮੈਲ ਚੜਾਉਣ ਦੇ ਹੋ ਰਹੇ ਨੇ, ਚੜਾਉਣ ਦੇ। ਉਹ ਉਤਾਰਨ ਵੱਲ ਤਾਂ ਅਸੀਂ ਗਏ ਹੀ ਨਹੀਂ। ਜਿੰਨਾ ਕੁਝ ਅਸੀਂ ਕੰਮ ਕਰ ਰਹੇ ਹਾਂ ਅੱਜ ਮੈਲ ਚੜਾ, ਇੱਕ ਤਾਂ ਅੱਗੇ ਹੀ ਮੈਲ ਚੜੀ ਸੀ, ਆ ਹੁਣ ਦੀ ਮੈਲ। ਸਾਹਿਬ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਓ ਸਿਆਓ। ਇਹ ਕਈ ਜਨਮਾਂ ਦੀ ਮੈਲ ਚੜੀ ਤੇ ਆ ਜੀਵਨ ਮਿਲਿਆ ਸੀ ਕਿ ਮੈਲ ਕੱਟ ਸਕਦਾ। ਮੈਂ ਸੱਚ ਕਹਿ ਰਿਹਾ ਜੇ, ਆ ਜੀਵਨ ਸੰਗਤ ਜੀ ਮਿਲਿਆ ਸੀ ਕਿਸ ਕਰਕੇ ਮਿਲਿਆ ਸੀ? ਕਈ ਕਹਿੰਦੇ ਖਾਣ ਪੀਣ ਮੌਜਾਂ ਕਰਨ ਵਾਸਤੇ ਮਿਲਿਆ ਸੀ। ਲੈ ਬਈ ਮੌਜਾਂ ਕਰੋ, ਮਿਲ ਗਿਆ ਜੀਵਨ, ਲੈ ਮੌਜਾਂ। ਸਾਹਿਬ ਕਹਿੰਦੇ ਆ ਜੀਵਨ ਮਿਲਿਆ ਸੀ, ਜਿਹੜੀ ਮੈਲ ਤੇਰੇ ਤੇ ਚੜੀ ਸੀ ਨਾ ਪਿਛਲੀ, ਇਹੀ ਬਰੀਆ ਹੀ, ਇਹੀ ਬਰੀਆ ਜਿਹਦੇ ਵਿੱਚ ਤੂੰ ਪਿਛਲੀ ਮੈਲ ਕੱਟ ਸਕਦਾ ਹੈ, ਕੱਟ ਸਕਦਾ ਹੈ, ਕੱਟ ਸਕਦਾ ਹੈ। ਉਹ ਪਰ ਕੀਤਾ ਕੀ ਤੂੰ? ਪਿਛਲੀ ਤਾਂ ਕਿਆ ਕੱਟਣੀ ਸੀ, ਮੈਲ ਦੇ ਉੱਪਰ ਹੋਰ ਮੈਲ ਚੜਾ ਬੈਠਾ। ਆਖੋ ਸਤਨਾਮ। ਮੈਲ ਤੇ ਮੈਲ ਚੜਾ ਤੇ ਹੁਣ ਸਾਹਿਬ ਕਹਿੰਦੇ ਹੁਣ ਕੀ ਕਰ, ਹੁਣ ਕੀ ਕਰ, ਹੁਣ ਉਹੋ ਜੇ ਕੰਮ ਕਰ ਕਿ ਮੈਲ ਵੀ ਉਤਰ ਜਾਵੇ ਤੇ ਅੱਗੋਂ ਮੈਲ ਚੜੇ ਵੀ ਨਾ। ਆਖੋ ਸਤਨਾਮ। ਕਿਵੇਂ ਕਹਿੰਦੇ? ਸੋ ਕਿਛ ਕਰ ਜਿਤ ਮੈਲ ਨਾ ਲਾਗੈ, ਸੋ ਕਿਛ ਕਰ